ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਜੀ ਐਨ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਸ਼ਹੀਦੀ ਦਿਵਸ ਤੇ ਸ਼ੁਰੂ ਹੋਵੇਗੀ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਸ਼ਟਾਚਾਰ ਦੇ ਖਿਲਾਫ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ 23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਪੰਜਾਬ ਵਿੱਚ ਇੱਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਜਾਵੇਗਾ ਇਹ ਮੋਬਾਈਲ ਨੰਬਰ ਉਹਨਾਂ ਦਾ ਆਪਣਾ ਹੋਵੇਗਾ ਜਿਸ ਤੇ ਕੋਈ ਵੀ ਪੰਜਾਬ ਵਾਸੀ ਭ੍ਰਸ਼ਟਾਚਾਰ ਦੇ ਖਿਲਾਫ ਸ਼ਿਕਾਇਤ ਕਰ ਸਕਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਧਾਇਕ ਅਹੁਦੇ ਦੀ ਸੋਹ ਲੈਣ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਦਿਆ ਕਿ ਕੁਝ ਦਿਨ ਬਾਅਦ ਵੱਡੇ ਐਲਾਨ ਕਰਨਗੇ ਇਸ ਤਰ੍ਹਾਂ ਦਾ ਐਲਾਨ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਹੋਇਆ ਹਰਿਆਣਾ ਦੇ ਸੀਐਮ ਨੂੰ ਮਿਲੀ ਜਾਨੂ ਮਿਲੇ ਮਾਨ ਖੱਟੜ ਨੇ ਹੋਲੀ ਦੇ ਰੰਗਾਂ ਦੇ ਨਾਲ ਕੀਤਾ ਪੰਜਾਬ ਦੇ ਸੀਐਮ ਦਾ ਸਵਾਗਤ ਹਰਿਆਣਾ ਦੇ ਰਾਜਪਾਲਨ ਵਿੱਚ ਵੀਰਵਾਰ ਨੂੰ ਹੋਲੀ ਦੇ ਤਿਹਾੜੀ ਦੇ ਮੱਦੇਨਜ਼ਰ ਹੋਲੀ ਦਾ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਦੂਜੇ ਨੂੰ ਮਿਲੇ ਤੇ ਗੁਲਾਲ ਆਇਆ ਉਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਬੰਦਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਹਨਾਂ ਨੇ ਇੱਕ ਦੂਜੇ ਨੂੰ ਗੁਲਾਲ ਲਾਇਆ ਹੈ ਬਾਅਦ ਵਿੱਚ ਭਗਵੰਤ ਮਾਨ ਨੇ ਹਰਿਆਣਾ ਰਾਜ ਦੇ ਭਵਨ ਹਰਿਆਣਾ ਰਾਜ ਭਵਨ ਵਿੱਚ ਪੁੱਜੇ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕੱਟੜ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਮੱਥੇ ਤੇ ਤਿਲਕ ਲਾ ਕੇ ਉਹਨਾਂ ਦਾ ਸਵਾਗਤ ਕੀਤਾ ਹਰਿਆਣਾ ਦੇ ਰਾਜਪਬਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਹਰਿਆਣਾ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਦੋਵੇਂ ਰਾਜਾਂ ਦੇ ਅੰਮ੍ਰਿਤ ਬਾਗਵਾ ਨੂੰ ਇਸ ਮੌਕੇ ਇੱਕ ਦੂਜੇ ਦੇ ਨਾਲ ਖੂਬ Holi ਦੇ ਰੰਗ ਵਿੱਚ ਖਿੜ ਰੰਗੇ ਗਏ ਚੋਣਾ ਤੋਂ ਮਿਲੀ ਕਿਰਾਰੀ ਹਾਰ ਤੋਂ ਬਾਅਦ ਕਿਸਾਨਾਂ ਨੇ ਰਾਜੇਵਾਲ ਅਤੇ ਚੜੂਨੀ ਦਾ ਕੀਤਾ ਬਾਈਕਾਟ ਪੰਜਾਬ ਦੇ ਵਿੱਚ ਚੋਣਾ ਵਿੱਚ ਹਿੱਸਾ ਲੈਣ ਵਾਲੇ ਕਿਸਾਨ ਲੀਡਰ ਬਲਵੀਰ ਰਾਜੇਵਾਲ ਤੇ ਕਰਨਾਮ ਚੜੂਨੀ ਨੂੰ ਮਹਿੰਗਾ ਪੈ ਗਿਆ ਜੇ ਇੱਕ ਪਾਸੇ ਚੋਣਾ ਵਿੱਚ ਜਨਤਾ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੀ ਇਹਨਾਂ ਲੀਡਰਾਂ ਤੋਂ ਮੂੰਹ ਮੋੜ ਰਿਹਾ ਹੈ ਇਸ ਲਈ ਹੁਣ ਚੋਣਾ ਵਿੱਚ ਹਿੱਸਾ ਲੈਣ ਵਾਲੇ ਲੀਡਰ ਕਸੂਤੇ ਕਿਰ ਗਏ ਹਨ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ 25 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ ਕਿਸਾਨਾਂ ਨੇ ਬਲਵੀਰ ਰਾਜਵਾਲ ਤੇ ਗੁਰਨਾਮ ਚੜੂਨੀ ਦਾ ਬਾਈਕਾਟ ਕਰ ਦਿੱਤਾ ਹੈ ਰਾਜਵਾਲਾ ਤੇ ਚੜੂਨੀ ਨੂੰ ਮੀਟਿੰਗ ਵਿੱਚ ਨਾ ਸ਼ਾਮਲ ਹੋਣ ਦੀ ਹਦਾਇਤ ਦਿੱਤੀ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੀਐਮ ਮਾਨ ਦਾ ਚੰਗਾ ਐਲਾਨ ਚੰਗੀ ਡਿਊਟੀ ਨਿਭਾਉਣ ਵਾਲੇ ਅਪਸਰਾ ਨੂੰ ਮਿਲੇਗਾ ਬੈਸਟ ਪਰਫਾਰਮੈਂਸ ਅਵਾਰਡ ਸੀਐਮ ਭਗਵੰਤ ਮਾਨ ਨੇ ਉਹਦਾ ਸੰਭਾਲਨ ਪਿੱਛੋਂ ਮੁੱਖ ਮੰਤਰੀ ਦਫ਼ਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸੇਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਪਬਲਿਕ ਸਰਵੈਂਟ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਲਈ ਕਿਹਾ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹੀ ਲੋਕਤੰਤਰ ਵਿੱਚ ਅਸਲੀ ਸ਼ਾਸਕ ਨੇ ਜਿਨ੍ਹਾਂ ਕੋਲੇ ਲੀਡਰ ਜਾਂ ਰਾਜ ਕਰਾਉਣ ਦੀ ਤਾਕਤ ਹੁੰਦੀ ਹੈ ਸੀਐਮ ਆਰ ਨੇ ਕਿਹਾ ਕਿ ਮੈਚ ਜਿੱਤੇ ਜਾਂ ਹਾਰੇ ਜਾਂਦੇ ਨੇ ਪਰ ਟੀਮਾਂ ਦੀ ਭਾਵਨਾ ਹੀ ਮਾਇਨੇ ਰੱਖਦੀ ਇਸ ਲਈ ਅੱਧ ਕਾਰੀ ਪੰਜਾਬ ਨੂੰ ਮੋਰੀ ਸੂਬਾ ਬਣਾਉਣ ਦੇ ਲਈ ਟੀਮ ਦੀ ਭਾਵਨਾ ਦਾ ਪ੍ਰਦਰਸ਼ਨ ਕਰਦੇ ਹਨ ਉਹਨਾਂ ਨਾਲ ਅੱਗੇ ਗਿਆ ਸਾਡੀ ਮੁੱਖ ਚਿੰਤਾ ਆਪਣੇ ਸੂਬੇ ਨੂੰ ਅਸਲ ਪੰਜਾਬ ਬਣਾਉਣਾ ਹੈ ਨਾ ਕਿ ਲੰਡਨ ਕੈਲੀਫੋਰਨੀਆ ਜਾਂ ਪੈਰਿਸ ਅਸੀਂ ਸਿਆਸੀ ਬਦਲਾਕੋਰੀ ਵਿੱਚ ਸ਼ਾਮਲ ਨਹੀਂ ਹੋਵਾਂਗੇ ਸੂਬੇ ਦੇ ਸਮੁੱਚੇ ਪ੍ਰਸ਼ਾਸਨ ਨੂੰ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਆਪਣੇ ਡਿਊਟੀ ਨੇ ਡਰੋ ਕੇ ਪੂਰੀ ਲਗਨ ਇਮਾਨਦਾਰੀ ਦੇ ਨਾਲ ਨਿਭਾਉਣਾ ਤੇ ਆਮ ਆਦਮੀ ਪਾਰਟੀ ਨੂੰ ਬੇਮਿਸਾਲ ਫੈਸਲੇ ਦੇ ਨਾਲ ਸੱਤਾ ਵਿੱਚ ਲਿਆਂਦਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਜੀ ਮੈਂ ਪਿਛਲੇ ਸਿਆਸੀ ਪਾਰਟੀਆਂ ਵਾਂਗ ਲਾਲ ਡਾਇਰੀ ਨਹੀਂ ਰੱਖਦਾ ਸਿਰਫ ਹਰੇ ਰੰਗ ਦੀ ਡਾਇਰੀ ਰੱਖਦਾ ਹਾਂ ਇਸ ਲਈ ਤੁਹਾਨੂੰ ਕਿਸੇ ਵੀ ਬਦਲਾਖੋਰੀ ਦੀ ਚਿੰਤਾ ਕਰਨ ਦੀ ਲੋੜ ਨਹੀਂ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅਮਰੀਕਾ ਤੋਂ ਮਿਲੇਗਾ ਪੂਰਾ ਸੰਯੋਗ ਸਿੱਖ ਆਫ ਅਮਰੀਕਾ ਦਾ ਵੱਡਾ ਵੱਡੀ ਖਬਰ ਹੈ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਖਾਸ ਮੁੱਦਿਆਂ ਖਾਸ ਕਰਕੇ ਸਿੱਖ ਮੁੱਦਿਆਂ ਤੇ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਵਾਲੀ ਅਮਰੀਕਨ ਸੰਸਥਾ ਸਿੱਖ ਫੋਰ ਜਸਟਿਸ ਆਫ ਅਮਰੀਕਾ ਦੀ ਇੱਕ ਮੀਟਿੰਗ ਕੈਪੀਟਲ ਸਿਟੀ ਕੋਲੰਬੀਆ ਵਿੱਚ ਚੇਅਰਮੈਨ ਜਸਦੀਪ ਸਿੰਘ ਜਸੀ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਸਨ ਮੀਟਿੰਗ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਜੀ ਭਗਵਾਨਤਮਾਨ ਦੀ ਅਗਵਾਈ ਵਿੱਚ ਬਣੀ ਪੰਜਾਬ ਸਰਕਾਰ ਨੂੰ ਅਸੀਂ ਹਰ ਤਰ੍ਹਾਂ ਦਾ ਸੰਯੋਗ ਦੇਵਾਂਗੇ ਪੰਜਾਬ ਦੇ ਵਿੱਚ ਨਵੇਂ ਯੁੱਗ ਦਾ ਅਦਗਾਜ਼ ਹੋਵੇਗਾ ਪੰਚਾਇਤੀ ਜ਼ਮੀਨ ਤੋਂ ਕਣਕ ਦੀ ਨਾਜਾਇਜ਼ ਖੇਤੀ ਕਰਨ ਵਾਲਿਆਂ ਦੇ ਖਿਲਾਫ ਹੋਣਗੇ ਮਾਮਲੇ ਦਰਜ ਰੰਦਾਵਾ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਗਰ ਤੋਂ ਨਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਦੇ ਵੱਲੋਂ ਮਾਰਕੀਟ ਕਮੇਟੀ ਕਲਾਂ ਨੌਰ ਦੇ ਦਫ਼ਤਰ ਵਿੱਚ ਪੁੱਜਨ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਮਾਰਕੀਟ ਕਮੇਟੀ ਕਲਾਂ ਨੌਰ ਦੇ ਸਮੂਹ ਕਰਮਚਾਰੀਆਂ ਵੱਲੋਂ ਭੇਂਟਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਚੋਣ ਲੜ ਕੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਪਰੰਤਖਟਕੜ ਗਲਾ ਵਿਖੇ ਮੁੱਖ ਮੰਤਰੀ ਦੇ ਸਮਾਗਮ ਪਹੁੰਚਣ ਵਾਲੇ ਹਲਕੇ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਵੀ ਪੰਚਾਇਤੀ ਜ਼ਮੀਨ ਵਿੱਚ ਨਾਜਾਇਜ਼ ਕਬਜ਼ੇ ਕੀਤੇ ਨੇ ਸਰਕਾਰੀ ਜ਼ਮੀਨ ਦੇ ਉੱਪਰ ਖੇਤੀ ਕੀਤੀ ਜਾ ਉਹਨਾਂ ਦੇ ਖਿਲਾਫ ਮਾਮਲੇ ਦਰਜ ਹੋਣਗੇ ਪੰਜਾਬ ਵੈਦਰ ਫੋਰਕਾਸਟ ਪੰਜਾਬ ਦੇ ਵਿੱਚ ਪਾੜਾ ਚੜਦੇ ਹੀ ਤੰਗ ਕਰਨ ਲੱਗੀ ਗਰਮੀ ਮੌਸਮ ਦੇ ਬਾਰੇ ਪ੍ਰਵਿਖਬਾਣੀ ਇਸ ਪ੍ਰਕਾਰ ਹੈ ਜੇ ਤੇਜ਼ ਧੁੱਪ ਦੇ ਕਾਰਨ ਮੌਤਾਪਮਨ ਹੋਰ ਵਧੇਗਾ ਇਸ ਦੌਰਾਨ ਪੰਜਾਬ ਦੇ ਵਿੱਚ ਤਾਪਮਨ 35 ਡਿਗਰੀ ਸੈਲਸੀਅਸ ਤੋਂ ਘੱਟ ਤੇ ਘੱਟੋ ਘੱਟ 20 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਆਈਐਮਡੀ ਦੇ ਮੁਤਾਬਕ ਆਉਣ ਵਾਲੇ ਹਫਤੇ ਤੱਕ ਮੌਸਮ ਖੁਸ਼ ਰਹੇਗਾ ਇਸ ਦੇ ਨਾਲ ਗਰਮ ਹਵਾਵਾਂ ਚੱਲਣਗੀਆਂ ਫਿਲਹਾਲ ਮੌਸਮ ਤੋਂ ਜ਼ਿਆਦਾ ਬਦਲਾਅ ਨਹੀਂ ਹੋਵੇਗਾ بارش ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਪੰਜਾਬ ਦੀ ਸਿਆਸਤ ਵਿੱਚ ਐਮ ਭੂਮਿਕਾ ਨਿਭਾ ਸਕਦੇ ਨੇ ਰਾਗੂ ਚੱਡਾ ਪੂਰਨ ਬੌਮਤ ਨਾਲ ਪੰਜਾਬ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜ਼ਿਆਦਾਤਰ ਵਧਾਇਕ ਪਾਰਟੀ ਤੋਂ ਬਦਲਾਅ ਦੇ ਨਾਅਰੇ ਦੀ ਹਵਾ ਵਿੱਚ ਜਿੱਤੇ ਨੇ ਬੇਸ਼ੱਕ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਪਰ ਆਮ ਆਦਮੀ ਪਾਰਟੀ ਦੇ ਏਜੰਡੇ ਨੂੰ ਲਾਗੂ ਕਰਨਾ ਤੇ ਲੋਕਾਂ ਦੀਆਂ ਸ਼ਾਹਵਾਂ ਨੂੰ ਪੂਰਾ ਕਰਨ ਦੀ ਰਾਗੂ ਚੱਡਾ ਪੰਜਾਬ ਦੀ ਸਿਆਸਤ ਵਿੱਚ ਐਮ ਭੂਮਿਕਾ ਨਿਭਾਉਣਗੇ ਉਹ ਸਮੁੱਚੀ ਰਣਨੀਤੀ ਬਣਾ ਰਹੇ ਨੇ ਤੇ ਮੌਜੂਦਾ ਸਮੇਂ ਵਿੱਚ ਰਾਗਵ ਚੱਡਾ ਦਿੱਲੀ ਤੋਂ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਹਿਮਾਚਲ ਪ੍ਰਦੇਸ਼ ਗੁਜਰਾਤ ਦੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਭਗਵੰਤ ਮਾਨ ਨੇ ਸੌਂਚੁਕ ਸਮਾਗਮ ਲਈ ਵਾਈਆਂ ਫਸਲਾਂ ਦਾ ਮੁਆਵਜ਼ਾ ਮੰਡਿਆ ਵੰਡਿਆ ਗਿਆ ਜੀ ਕਿਸਾਨਾਂ ਨੂੰ ਚੈੱਕ ਸੌਂਪ ਦਿੱਤੇ ਗਏ ਨੇ ਖਬਰ ਦਰਬਾਰ ਸਾਹਿਬ ਦੇ ਨਾਲ ਮੋੜ ਜੁੜੀ ਹੋਈ ਹੈ ਜੀ ਜਿੱਥੇ ਵਿਧਬੀ ਦਾ ਮਾਮਲਾ ਸਾਹਮਣੇ ਆਇਆ ਜੀ ਮੌਜੂਦ ਸੇਵਾਦਾਰਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜੀ ਪ੍ਰਕਰਮਾ ਦੇ ਵਿੱਚ ਮਾਰਗ ਦੇ ਵਿੱਚ ਬੈਠੀ ਔਰਤ ਨੂੰ ਬੀੜੀ ਪੀਂਦੇ ਦੇਖਿਆ ਗਿਆ ਹੈ ਇਹ ਘਟਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਾਂਗਰਸ ਨੇ 5 ਸਾਲ ਲੋਕਾਂ ਦਾ ਨੁਕਸਾਨ ਹੀ ਕੀਤਾ ਹੁਣ ਉਹੀ ਹਾਲ ਹੋਏਗਾ ਦਿਲਜੀਤ ਚੀਮਾ ਸਾਬਕਾ ਮੰਤਰੀ ਅਤੇ ਕਾਲੀ ਦਲ ਦੇ ਸੀਨੀਅਰ ਆਗੂ ਦਿਲਜੀਤ ਸਿੰਘ ਚੀਮਾ ਨੇ ਗੱਲਬਾਤ ਕਰਦਿਆ ਕਿਹਾ ਇਸ ਮੌਕੇ ਉਹਨਾਂ ਸਰਕਾਰੀ ਦਫ਼ਤਰਾਂ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਡਾਕਟਰ ਪੀਮਰਾਓ ਬੇਦਕਰ ਦੀ ਤਸਵੀਰ ਲਾਉਣ ਬਾਰੇ ਸਹਿਮਤ ਕੀਤੀ ਪਰ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ਦੀ ਨਕੇਦੀ ਵੀ ਕੀਤੀ। ਜੀਮਾ ਨੇ ਕਿਹਾ ਕਿ ਰਣਜੀਤ ਸਿੰਘ ਦੀ ਮਿਸਾਲ ਦੇਸ਼ ਅਤੇ ਪੂਰੀ ਦੁਨੀਆ ਨੂੰ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਨਾਲ ਪੂਰੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਫੋਟੋ ਨੂੰ ਬਹਾਲ ਕੀਤਾ ਜਾਵੇ। ਜੀਮਾ ਨੇ ਕਿਹਾ ਕਿ ਅਸੀਂ ਲਿਖਤੀ ਤੌਰ ਤੇ ਦਿੱਤਾ ਕਿ ਚੰਡੀਗੜ੍ਹ 에어ਪੋਰਟ ਦਾ ਨਵਾਂ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਆਮ ਆਦਮੀ ਪਾਰਟੀ ਇਸ ਨੂੰ ਲਾਗੂ ਕੀਤਾ ਜਾਵੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਬੇਇੱਜ਼ਤ ਕਰਨਾ ਬਹੁਤ ਮੰਦਭਾਗਾ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਤੇ ਵਰਕਰਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪਾਰਟੀ ਦੇ ਹੱਕ ਵਿੱਚ ਮਿਲੇ ਵੱਡਵੇ ਫਤਕਵੇ ਤੋਂ ਹੰਕਾਰ ਵਿੱਚ ਆ ਕੇ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਦੇ ਵਿੱਚ ਜਾ ਕੇ ਛਾਪੇ ਮਾਰਨ ਦੀਆਂ ਖਬਰਾਂ ਰੋਜ਼ ਆ ਰਹੀਆਂ ਨੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਵੀਡੀਓ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਸ਼ਰੇਆਮ ਬੇਜਿੱਦ ਕਰਦੇ ਦੇਖਿਆ ਗਿਆ ਜੀ ਪੈਦਾ ਸਥਿਤੀ ਤਾਜ਼ਾ ਜਿਹੜੀ ਹੋਈ ਆ ਜੀ ਇਸ ਤੇ ਟਿੱਪਣੀ ਕਰਦਿਆ ਗਵਰਨਮੈਂਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਆਗੂ ਸੁਰਿੰਦਰ ਕੁਮਾਰ ਪੁਵਾਰੀ ਤੇ ਸੂਬਾ ਪ੍ਰਧਾਨ ਬਲਕਾਰ ਸਿੰਘ ਬਲਟੋਹਾ ਆਦ ਨੇ ਕਿਹਾ ਹੈ ਕਾਂਗਰਸ ਚੂ ਬਦਲਾ ਦੀ ਲੋੜ ਪਰ ਗਾਂਧੀ ਪਰਿਵਾਰ ਤੋਂ ਬਿਨਾਂ ਨਹੀਂ ਸੁਨੀਲ ਜਾਖੜ ਨੇ ਵੀ ਵੱਡਾ ਬਿਆਨ ਦਿੱਤਾ ਜੀ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਬਦਲਾ ਦੀ ਲੋੜ ਹੈ ਪਰ ਗਾਂਧੀ ਪਰਿਵਾਰ ਤੋਂ ਬਿਨਾਂ ਨਹੀਂ ਹਾਲਾ ਕਿ ਉਹਨਾਂ ਨੇ ਸਵਾਰਕਾਰ ਕੀਤਾ ਕਿ ਕਾਂਗਰਸ ਵਿੱਚ ਸੰਗਠਨ ਸੰਗਠਨਾਤਮਕ ਪੱਧਰ ਤੇ ਜਿਹੜਾ ਬਦਲਾਅ ਕੀਤੇ ਜਾਣ ਦੀ ਲੋੜ ਹੈ ਚੰਨੀ ਵਾਲੀ ਸਥਿਤੀ ਦੁਬਾਰਾ ਨਹੀਂ ਚਾਹੁੰਦੇ ਤੁਸੀਂ ਬਦਲਾਅ ਕੀਤੇ ਉਹ ਪਹਿਲਾਂ ਨਾਲੋਂ ਵੀ ਮਾੜੇ ਹੋਣਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਭਗਵੰਤ ਮਾਨ ਨੇ ਵਿਧਾਇਕ ਵੱਜੋਂ ਲਿਆ ਹਾਲ ਫਿਰ ਟਵੀਟ ਕਰਕੇ ਕਹੀ ਵੱਡੀ ਗੱਲ ਉਹਨਾਂ ਨੇ ਭਗਵੰਤ ਮਾਨ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾ ਲਿਆਵੇਗੀ ਜਿਸ ਲਈ ਲੋਕਾਂ ਨੇ ਸਾਨੂੰ ਚੁਣਿਆ ਹੈ ਸਾਡੀ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਦੇ ਵਜੋਂ ਜਾਣੀ ਜਾਵੇਗੀ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਵਾਅਦੇ ਦਾਅਵੇ ਕੀਤੇ ਸੀ ਉਹ ਸਭ ਤੋਂ ਪਹਿਲਾਂ ਪੂਰੇ ਕਰਾਂਗੇ ਜੀ 300 ਜੁਨਟ ਮੁਫਤ ਬਿਜਲੀ 24 ਘੰਟੇ ਬਿਜਲੀ 1000 ਰੁਪਿਆ ਬੈਂਕ ਖਾਤੇ ਵਿੱਚ 16000 ਮੁਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਮੁਫਤ ਇਲਾਜ ਨਸ਼ਾ ਮੁਕਤ ਦਿੱਲੀ ਮਾਡਲ ਦੀ ਤਰਜ਼ ਤੇ ਸਕੂਲਾਂ ਦਾ ਵਿਕਾਸ ਸ਼ਾਂਤੀ ਭਾਈਚਾਰਾ ਕਾਇਮ ਵਿਅਕਤੀ ਮਾਮਲਿਆਂ 'ਚੋ ਸਖਤ ਸਜ਼ਾ ਗਰੀਬ ਬੱਚਿਆਂ ਨੂੰ ਦਿੱਲੀ ਦੀ ਤਰਜ਼ ਤੇ ਵਜੀਫਾ ਤੇ ਚੰਗੀ ਸਹੂਲਤ ਤੇ ਸਾਰੇ ਕੰਮ ਜਲਦੀ ਹੋ ਜਾਣਗੇ। ਵੀ ਮਾਰਤ ਨੂੰ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਲਈ ਗਰਦਾਸਪੁਰ ਤੋਂ ਬਟਾਲਾ ਲਈ ਮੋੜ ਵਿਸ਼ੇਸ਼ ਬੱਸਾਂ ਹੋਣਗੀਆਂ ਰਵਾਨਾ ਸੋ ਡਿਪਟੀ ਕਮਿਸ਼ਨਰ ਜਨਾ ਮਹਮਦ ਇਸ਼ਫਾਕ ਦੀ ਪ੍ਰਦਾਨਗੀ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗਰਦਾਸਪੁਰ ਦੀ ਮੀਟਿੰਗ ਦੇ ਵਿੱਚ ਤੇਜਿੰਦਰਪਾਲ ਸਿੰਘ ਸੰਧੂ ਸੇਵਾਮੁਕਤ ਵਿਧੀਕ ਡਿਪਟੀ ਕਮਿਸ਼ਨਰ ਗਰਦਾਸਪੁਰ ਵੱਲੋਂ ਵੀ ਸੀ ਰਾਹੀਂ ਮੀਟਿੰਗ ਜੁਆਇਨ ਕੀਤੀ ਗਈ ਹੈ ਜੀ। ਇਸ ਮੌਕੇ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਕਿ 20 ਮਾਰਚ ਨੂੰ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਗਰਦਾਸਪੁਰ ਦੇ ਪਟਾਲਾ ਤੋਂ ਮੁੜ ਵਿਸ਼ੇਸ਼ ਬੱਸਾਂ ਰਵਾਨਾ ਹੋਣਗੀਆਂ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸੋ ਵਿਧਾਨ ਸਭਾ ਚੁ ਕਾਰਵਾਈ 21 ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪਦਮਚੇਰੀ ਪਾਈ ਨਰਮਲ ਸਿੰਘ ਖਾਲਸਾ ਦੀ ਦੂਸਰੀ ਵਰਸੀ ਮੌਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ ਸੱਦਾ ਪਤਰ ਅਮਤੇਸ਼ਵਰ ਸਿੰਘ ਭਗਵੰਤਮਾਨ ਕਰਦੇ ਸੰਨ ਪੀਤਾ ਦਾ ਸਤਕਾਰ ਜ਼ਰੂਰ ਪਹੁੰਚਣਗੇ ਦੂਸਰੀ ਵਰਸੀ ਤੇ ਅਮਤੇਸ਼ਵਰ ਸਿੰਘ ਕੋਰੋਨਾ ਵਾਇਰਸ ਦੇ ਦੌਰਾਨ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਜਗ੍ਹਾ ਤੇ ਅੰਤਮ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਵਰਸੀ ਮਨਾਈ ਜਾਵੇਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਅਤੇ ਆਹੁਦੇਦਾਰ ਵੱਲੋਂ ਦੂਸਰੀ ਵਰਸੀ ਮੌਕੇ ਜਿਸ ਜਗ੍ਹਾ ਤੇ ਅੰਤਿਮ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਜੀ ਉਹਨਾਂ ਨੇ ਕਿਹਾ ਇਹ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਉਹਨਾਂ ਨਾਲ ਕੀਤੇ ਗਏ ਸਾਨੂੰ ਉਹਨਾਂ ਚ ਕੋਈ ਵੀ ਅਜੇ ਤੱਕ ਪੂਰਾ ਨਹੀਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਪ੍ਰੋਗਰਾਮ ਅਤੇ ਵਰਸੀ ਦੇ ਵਿੱਚ ਆਨਲਾਈਨ ਸੱਦਾ ਭੇਜਣਗੇ ਆਸ ਹੈ ਕਿ ਉਹ ਜ਼ਰੂਰ ਪਹੁੰਚਣਗੇ ਕੇਂਦਰੀ ਮੰਤਰੀ ਅਮਿਤ ਸ਼ਾ 25 ਮਾਰਚ ਨੂੰ ਆਉਣਗੇ ਚੰਡੀਗੜ੍ਹ 8 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦਾ ਪ੍ਰੋਜੈਕਟ ਅਨੁਮੰਤਨ ਰੂਪ ਦੇ ਵਿੱਚ ਮਸ਼ਰੂਫ ਹਨ ਪ੍ਰੋਜੈਕਟਾਂ ਵਿੱਚ ਹੁਣ ਤੱਕ ਕਿੰਨਾ ਕੰਮ ਹੋਇਆ ਇਸ ਦਾ ਜਾਇਜ਼ਾ ਲੈਣ ਦੇ ਲਈ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਾਰੀਆਂ ਥਾਵਾਂ ਦਾ ਦੌਰਾ ਕੀਤਾ ਰੇਲ ਗੱਡੀਆਂ 'ਚ ਹੋਈ ਅਚਨਚਿਤ ਚੈਕਿੰਗ ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਸਨ 3100 ਯਾਤਰੀ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਟਿਕਟਾਂ ਦੀ ਚੈਕਿੰਗ ਕਰਾਉਣੇ 3100 ਦੇ ਕਰੀਬ ਯਾਤਰੀ ਬਿਨਾਂ ਟਿਕਟ ਤੋਂ ਸਫ਼ਰ ਕਰਦੇ ਪਾਏ ਗਏ ਉਹਨਾਂ ਤੋਂ ਲਗਭਗ 20 ਲੱਖ ਰੁਪਏ ਦੀ ਆਮਦਨ ਜੁਰਮਾਨੇ ਵੱਲੋਂ ਉਸੂਲੀ ਗਈ ਹੈ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫਿਰੋਜ਼ਪੁਰ ਡਿਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਸਚਾਰੂ ਟੰਗ ਨਾਲ ਚਲਾਇਆ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਫਰੇਟ ਵਿਮਲ ਕਾਲੜਾ ਦੀ ਅਗਵਾਈ ਵਿੱਚ ਅਚਨਚੇਤ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ ਜੀ ਫਿਰੋਜ਼ਪੁਰ ਕੈਂਟ ਜਲੰਧਰ ਜਲੰਧਰ ਲੁਧਿਆਣਾ ਲੁਧਿਆਣਾ ਫਿਰੋਜ਼ਪੁਰ ਰੇਲ ਸੈਕਸ਼ਨਾਂ ਵਿੱਚ ਟਿਕਟਾਂ ਦੀ ਜਾਂਚ ਕੀਤੀ ਗਈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਰੋਧੀ ਧਿਰ ਦੇ ਮੈਂਬਰ ਵਜੋਂ ਮੈਂ ਪੰਜਾਬ ਦੇ ਮੁੱਦੇ ਉਠਾਉਂਦਾ ਰਹਾਂਗਾ ਸੁਖਜਿੰਦਰ ਰੰਦਾਵਾ ਰੰਦਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਸੀਟ ਜਿੱਤੇ ਹਨ ਲੁਧਿਆਣਾ 'ਚ ਤਾਪਮਨ 38 ਡਿਗਰੀ ਸੈਲਸੀਅਸ ਪਰ ਫੀਲਿੰਗ 40 ਤੋਂ ਵੀ ਵੱਧ ਹੋ ਰਹੀ ਹੈ ਕਿਉਂਕਿ ਗਰਮੀ ਆਪਣੇ ਸਾਰੇ ਰਿਕਾਰਡ ਤੋੜ ਰਹੀ ਹੈ ਬਾਦਲਾਂ ਲਈ ਦਿੱਲੀ ਕਮੇਟੀ ਦੇ ਅਗਾਊਂ ਦੀ ਬਗਾਵਤ ਬਣੇਗੀ ਵੱਡੀ 49300 ਵੱਡੀ ਖਬਰ ਹੈ ਜੀ ਸੁਖਬੀਰ ਬਾਦਲ ਨੇ ਹੰਗਾਮੀ ਮੀਟਿੰਗ ਕਰਕੇ ਡੀਐਸ ਜੀਐਮ ਦੇ ਪ੍ਰਦਾਨ ਹਰਮਿਤ ਕਾਲਕਾਂ ਨੂੰ ਪਾਰਟੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਕਾਲਕਾਂ ਨੂੰ ਪਾਰਟੀ ਦਾ ਕੱਢਣ ਸਮੇਤ ਐਲਾਨ ਕਰ ਦਿੱਤਾ ਕਿ ਦਿੱਲੀ ਦਾ ਜਥੇ ਬੰਦਕ ਟਾਚਾ ਪੰਗ ਕਰਕੇ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਪਾਰਟੀ ਦੇ ਸੀਨੀਅਰ ਅਗਾਗੂ ਇਸ ਵਿੱਚ ਮੌਜੂਦ ਹਨ ਆਪ ਦੇ ਲਈ ਚੁਣੌਤੀ ਪੰਜਾਬ ਚ ਨਸ਼ੇੜੀਆਂ ਦੀ ਗਿਣਤੀ 2 ਲੱਖ ਤੋਂ ਵੱਧ ਇੱਕ ਦਿਨ ਚ ਕਰਦੇ ਨੇ 17 ਕਰੋੜ ਰੁਪਏ ਦਾ ਨਸ਼ਾ 92 ਸੀਟਾਂ ਦੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਕਈ ਵੱਡੀਆਂ ਚੁਣੌਤੀਆਂ ਹਨ ਆਮ ਆਦਮੀ ਪਾਰਟੀ ਨੇ 1 ਕਰੋੜ ਔਰਤਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ 16 ਹਜ਼ਾਰ ਮਹੱਲਾ ਕਲੀਨਿਕ ਸਥਾਪਿਤ ਕਰਨਾ ਤੇ ਮੁਫਤ ਬਿਜਲੀ ਆਦਿ ਦੇ ਵਾਅਦੇ ਜੋ ਸੱਤਾ ਵਿੱਚ ਆਈ ਸੀ ਪਰ ਜਿਹੜਾ ਨਸ਼ੇੜੀਆ ਜਿਨ੍ਹਾਂ ਦੀ ਗਿਣਤੀ 2 ਲੱਖ ਤੋਂ ਵੱਧ ਦਾ ਇੱਕ ਦਿਨ ਦੇ ਵਿੱਚ 17 ਕਰੋੜ ਰੁਪਏ ਦਾ ਨਸ਼ਾ ਕਰਦੇ ਨੇ ਜਾਨੀ ਕਿ ਨੌਜਵਾਨ ਇੱਕ ਮਹੀਨੇ ਵਿੱਚ 65 ਹਜ਼ਾਰ ਕਰੋੜ ਰੁਪਏ ਦਾ ਨਸ਼ਿਆਂ ਵਿੱਚ ਖਰਚ ਕਰ ਰਹੇ ਹਨ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਿੰਨਾ ਵੱਡਾ ਹੈ ਅਰਬਾਂ ਡਾਲਰਾਂ ਦਾ ਕਾਰੋਬਾਰ ਰੁਕਿਆ ਨਹੀਂ ਸੋ ਇਸ ਨੂੰ 4 ਹਫ਼ਤਿਆਂ ਜੋ ਖਤਮ ਕਰਨ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਕਾਂਗਰਸ ਹਾਸ਼ੀਏ ਤੇ ਪਹੁੰਚ ਗਈ ਸੀ ਅਸੀਂ ਦੇ ਵਿੱਚੋਂ ਸਿਰਫ 30% ਹੀ ਨੌਜਵਾਨਾ ਜਿਹੜੇ ਉਹ ਨਸ਼ਾ ਮੁਕਤ ਹੋਏ ਨੇ ਵ代ਿਕ ਲਾਲਪ ਸਿੰਘ ਉਗੋਕੇ ਦੀ ਲੋਕਾਂ ਨੂੰ ਵੱਡੀ ਅਪੀਲ ਹੈ ਜੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨਵਾਂ ਪੰਜਾਬ ਸਿਰਜਣ ਜਾ ਰਹੀ ਹੈ ਭਗਵੰਦ ਮਾਨ ਵੱਲੋਂ ਕੀਤੀ ਜਾ ਰਹੀ ਇਸ ਵੈਕਲੀ ਪਹਿਲ ਨੂੰ ਆ ਪੰਜਾਬ ਦੇ ਹਰ ਵਰਗ ਨੂੰ ਸਾਥ ਦੇਣ ਦੀ ਲੋੜ ਹੈ ਤਾਂ ਜੋ ਸੂਬੇ ਨੂੰ ਵਧੀਆ ਬਣਾਇਆ ਜਾ ਸਕੇ ਭਗਵੰਤ ਮਾਨ ਨੇ Holi ਦੇ ਤਿਹਾੜੀ ਤੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ ਉਹਨਾਂ ਨੇ ਟਵੀਟ ਕਰਦਿਆ ਕਿ Holi ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਰੰਗਾ ਦਾ ਤਿਹਾੜ ਸਾਡੇ ਸਾਰਿਆਂ ਦੀ ਜ਼ਿੰਦਗੀ ਚ ਖੁਸ਼ਹਾਲੀ ਲੈ ਕੇ ਆਵੇ ਵਿਧਾਨ ਸਭਾ ਹਲਕਾ ਜੀਰਾ ਤੋਂ ਨਵੇਂ ਬਣੇ ਵਿਧਾਇਕ ਨਰੇਸ਼ ਘਟਾਰੀਆ ਨੇ ਸੌ ਚੁੱਕੀ ਆ ਉਹਨਾਂ ਨੇ ਕਾਂਗਰਸ ਦੇ ਸਾਬਕਾ ਨਾਮਵਾਲ ਲੀਡਰ ਤੇ ਸਾਫ ਕਵਾਦ ਇਕਲ ਵੀਰ ਜੀਰਾ ਤੇ ਕਾਲੀ ਦਲ ਦੇ ਤਿੰਨ ਵਾਰ ਕੈਬਨਟ ਮੰਤਰੀ ਰਹੇ ਜਨਮੇਜਾ ਸੇਖੋਂ ਨੂੰ 22726 ਬੂਟਾਂ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਵਿਧਾਨ ਸਭਾ ਦੀ ਕਾਰਵਾਈ 21 ਤੱਕ ਮੁਲਤਵੀ ਹੈ ਜੀ ਪੰਜਾਬ ਦੇ ਇਤਿਹਾਸ ਵਿੱਚ ਅਜੇ ਤੱਕ ਕਿਸੇ ਨੇ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਅੱਜ ਬਹੁਤ ਵੱਡਾ ਫੈਸਲਾ ਭਗਵੰਤ ਮਾਨ ਲੈਣਗੇ ਯੂਜੀਸੀ ਨੇ ਬਦਲੇ ਪੀਐਚਡੀ ਦਾਖਲੇ ਦੇ ਨਿਯਮ ਕਮਿਸ਼ਨ ਨੇ ਪੀ ਐਚ ਡੀ ਡਿਗਰੀ ਅਵਾਰਡ ਲਈ ਘੱਟੋ ਘੱਟ ਮਿਆਰ ਪ੍ਰਕਿਰਿਆਵਾਂ ਨਿਯਮ 2016 ਦੇ ਵਿੱਚ ਸੋਧ ਦਾ ਪ੍ਰਸਤਾਵ ਪੇਜਿਆ ਹੈ ਸਾਦਾਂ ਦੇ ਵਿੱਚੋਂ ਗਾਇਬ ਹੋਏ ਪੰਜਾਬ ਦੀ ਰਾਜਨੀਤੀ ਦੇ ਦਿੱਗਜ ਚਿਹਰੇ ਦੋ ਦਹਾਕਿਆਂ ਤੱਕ ਪੰਜਾਬ ਦੇ ਵਿੱਚ ਰਾਜਨੀਤੀ ਦਾ ਕੇਂਦਰ ਰਹੇ ਦਿੱਗਜ ਆਗੂ ਸਦਨ ਵਿੱਚ ਨਹੀਂ ਹੋਣਗੇ ਕੈਪਟਨ ਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਸੂਰਵੀਂ ਵਿਧਾਨ ਸਭਾ ਮਰਿੰਦਰ ਸਿੰਘ ਤੋਂ ਬਗੈਰ ਹੀ ਚੱਲੇਗੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੀਵਨ ਵਿੱਚ 10 ਸੂਨਾ ਲੜੇ ਜ਼ਿਆਦਾਤਰ ਜਿੱਤੇ ਤੇ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਪਰ ਇਸ ਵਾਰ ਉਹ ਵੀ ਸਦਨ ਚ ਨਹੀਂ ਹੋਣਗੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਵੀ ਸਦਨ ਵਿੱਚ ਨਹੀਂ ਹੋਣਗੇ ਨਵਜੋਤ ਸਿੱਧੂ ਵਿਕਰਮ ਜੇਠੀਆ ਦੋ ਅਜਿਹੇ ਚਿਹਰੇ ਹਨ ਜੋ ਸਦਨ ਦੇ ਵਿੱਚ ਨਹੀਂ ਹੋਣਗੇ ਹਲਕਾ ਪਤੌੜ ਤੋਂ ਵਿਧਾਇਕ ਉਗੋਕੇ ਨੇ ਵੀ ਸੌਂ ਚੱਕ ਲਈ ਆ ਜੀ ਹੋਲੇ ਮਹੱਲੇ ਦੇ ਪਹਿਲੇ ਪੜਾਅ ਹੋਇਆ ਸੰਪੰਨ ਦੂਜਾ ਪੜਾਅ ਸ਼ੁਰੂਆਤ ਜੀ ਸ਼੍ਰੀ ਕੀਰਤਪੁਰ ਸਾਹਿਬ ਇੱਕ ਤਿੰਨ ਦਿਨ ਚੱਲੇਗਾ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਅੱਜ ਭੋਗ ਪਾਏ ਜਾਣਗੇ ਅਮਰੀਕਾ ਨੇ ਦੱਸਿਆ ਸ਼ੇਅਰ ਬਾਜ਼ਾਰ ਦਾ ਭਰੋਸਾ 58000 ਤੱਕ ਪਹੁੰਚ ਸਕਦਾ ਹੈ ਜੀ ਸੈਂਸ ਇਹ ਕਾਰਕ ਨਿਭਾਉਣਗੇ ਵੱਡੀ ਭੂਮਿਕਾ ਸੁਮਾਰਾ ਦਾ ਮੰਨਣਾ ਕਿ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਤੋਂ ਤੇਜ਼ੀ ਬਣੀ ਰਹੇਗੀ ਜੇਕਰ ਨਿਵੇਸ਼ਕਾਂ ਨੂੰ ਭਰੋਸਾ ਦਿਖਾਇਆ ਤਾਂ ਇੱਕ ਵਾਰ ਫਿਰ ਇਹ ਜਿਹੜਾ ਸੈਂਸ ਕਾਸਾ ਉਹ 58000 ਨੂੰ ਪਾਰ ਕਰ ਸਕਦਾ ਹੈ ਸੋਨੀਆ ਗਾਂਧੀ ਨੇ ਕਾਂਗਰਸ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਦੇ ਦਿਨ ਰਾਤ ਕੰਮ ਕੀਤਾ ਹੈ ਰਵਨੀਤ ਬਟੂ ਰਾਜਪਵਨ ਚੰਡੀਗੜ੍ਹਨ ਤੋਂ 20 ਕਰੋੜ ਦੀ ਲਾਗਤ ਨਾਲ ਤਿਆਰ ਆਡੀਟੋਰੀਅਮ ਚੂ ਮੰਤਰੀ ਚੁੱਕਣਗੇ ਸੋ ਸੋ ਪ੍ਰੋਗਰਾਮ ਸੋ ਚੁੱਕ ਦਾ ਸਮਾਗਮ ਆ ਜਿਹੜਾ ਆਮ ਆਦਮੀ ਪਾਰਟੀ ਦੀ ਤਾਕਤ ਦੇ ਪ੍ਰਦਰਸ਼ਨ ਵਜੋ ਚ ਦੇਖਿਆ ਗਿਆ ਹੁਣ ਸਿਰਫ ਭਗਵੰਤ ਮਾਨ ਨੇ ਹਿੱਸਾ ਚੁੱਕੀ ਆ ਬਾਕੀ 19 ਮਾਰਚ ਨੂੰ ਸਾਰੇ ਮੰਤਰੀ ਚੰਡੀਗੜ੍ਹ ਸਤਿਤ ਰਾਜ ਭਵਨ ਦੇ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਸੋ ਚੱਕਣਗੇ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਕਮ ਯੂਟੀ ਪ੍ਰਸ਼ਾਸਕ ਬਨਵਾਰ ਲਾਲ ਕ੍ਰੋਹਤ ਨੇ 2 ਮਾਰਚ ਨੂੰ ਕੀਤਾ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖਰੀ ਪਾਰਟੀ ਬਣਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਚੁਣੀ ਗਈ ਵਿਧਾਇਕ ਨਰਿੰਦਰ ਕੌਰ ਉਪਰਾਜ ਨੇ ਵੀ ਸੋਚ ਅਗਲੀਆ ਕੇਂਦਰ ਸਰਕਾਰ ਦਾ ਵੱਡਾ ਫੈਸਲਾ 156 ਦੇਸ਼ਾਂ ਦੇ ਨਾਗਰਿਕਾਂ ਲਈ ਈ 2 ਡੇਸਟ ਵੀਜ਼ਾ ਬਹਾਲ ਕਰ ਦਿੱਤਾ ਗਿਆ ਜੀ। ਰੇਲਵੇ ਦੇ ਨਿੱਜੀਕਰਨ ਦਾ ਕੋਈ ਸਵਾਲ ਨਹੀਂ ਸਭ ਗੱਲਾਂ ਕਾਲ ਪਿਕਨਿਕ ਹਨ। ਰੇਲ ਮੰਤਰੀ ਨੇ ਕਹਿੰਦੇ ਵੱਡਾ ਬਿਆਨ ਦੇ ਦਿੱਤਾ ਹੈ ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਚੰਡੀਗੜ੍ਹ ਦੇ ਨਿੱਜੀ ਸਕੂਲ ਹੈ। ਵਧਾਉਣਗੇ ਫੀਸਾ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖੀ ਆ ਚਿੱਠੀ ਤੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਕਾਂਗਰਸ ਦਾ 90% ਨੁਕਸਾਨ ਕੈਪਟਨ ਅਮਰਿੰਦਰ ਨੇ ਕੀਤਾ ਮੀਟਿੰਗ ਤੋਂ ਬਾਅਦ ਹਾਰ ਦੇ ਕਾਰਨਾਂ ਬਾਰੇ ਬੋਲੇ ਬਿੱਟੂ ਸਿਹਤ ਵਿਭਾਗ ਬਰਨਾਲਾ ਵੱਲੋਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰ ਦਿੱਤੀ ਗਈ ਹੈ ਜੀ ਓਨਲੀ ਵਨ ਪੈਨਸ਼ਨ ਫਾਰ ਐਮ ਐਲ ਐਸ ਕੇਰਪਾਲ ਚੀਮਾ ਵੱਲੋਂ ਸਪੀਕਰ ਨੂੰ ਲਿਖੀ ਚਿੱਠੀ ਤੇ ਖਰਾ ਉਤਰੇਗੀ ਆਮ ਆਦਮੀ ਪਾਰਟੀ ਸੋਇਤਾ ਸਮਾਹੀ ਦੱਸੇਗਾ ਸਪਰੀਮ ਕੋਰਟ ਦਾ ਫੈਸਲਾ ਪਿਤਾ ਨਾਲ ਸੰਬੰਧ ਨਾ ਰੱਖਣ ਵਾਲੀ ਤੀਜੇ ਜਾਇਦਾਦ ਦਾ ਕੋਈ ਹੱਕ ਨਹੀਂ ਸੋ ਸੁਪਰੀਮ ਕੋਰਟ ਨੇ ਇੱਕ ਫੈਸਲੇ ਵਿੱਚ ਕਿਹਾ ਕਿ ਕੋਈ ਵੀ ਤੀ ਆਪਣੇ ਪਿਤਾ ਦੇ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਤਾਂ ਉਸ ਤੋਂ ਪੜਾਈ ਜਾਂ ਵਿਆਹ ਦੇ ਲਈ ਕਿਸੇ ਵੀ ਰਕਮ ਦੀ ਹੱਕਦਾਰ ਨਹੀਂ ਹੈ ਜੇਹੀ ਤੀ ਆਪਣੇ ਪਿਤਾ ਦੀ ਜਾਇਦਾਦ ਤੇ ਕੋਈ ਹੱਕ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਬਾਦਲ ਵੱਲੋਂ ਪਾਰਟੀ ਪ੍ਰਧਾਨ ਵੱਲੋਂ ਅਸਤੀਫਾ ਦੇਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਗਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਆਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਪਸ਼ਟ ਰੱਦ ਕਰ ਦਿੱਤਾ ਹੈ ਅਕਾਲੀ ਦਲ ਦੇ ਪ੍ਰਧਾਨਾਂ ਨੇ ਜਿਨ੍ਹਾਂ ਨੇ ਕੱਲ ਅਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਕਿਹਾ ਕਿ ਪਾਰਟੀ ਤੇ ਇਸ ਦੀ ਭਲਾਈ ਲਈ ਉਹਨਾਂ ਲਈ ਸਭ ਤੋਂ ਉੱਪਰ ਹਨ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਾਪਰੀ ਸ਼ਰਮਨਾਕ ਘਟਨਾ ਹੁਲਾਮਹੱਲਾ ਵੇਖਣਾਈ ਔਰਤ ਨਾਲ ਪੰਜ ਲੜਕਿਆਂ ਦੇ ਵੱਲੋਂ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਜੀ ਜਾਣਕਾਰੀ ਦਿੰਦੇ ਆ ਸ਼੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 16 ਮਾਰਚ ਨੂੰ ਨਵਾਂ ਸ਼ਹਿਰ ਦੇ ਨੇੜੇ ਘਰ ਟੜਕੜ ਕਲਾ ਵਿਖੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੱਖੇ ਸੋਹ ਚੁੱਕ ਸਮਾਗਮ ਸਮਾਧੀ ਬੰਗਾ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਡਿੰਗ ਕੀਤੀ ਸੀ ਆਨੰਦਪੁਰ ਸਾਹਿਬ ਸਾਈਡ ਤੋਂ ਆਈ ਇੱਕ ਤੇਜ਼ ਰਫ਼ਤਾਰ ਗੱਡੀ ਵੱਲੋਂ ਬੈਰੀਕੇਡਿੰਗ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਖੜੀ ਬੰਗਾ ਪੁਲਿਸ ਵੱਲੋਂ ਤੁਰੰਤ ਗੱਡੀ ਨੂੰ ਕਾਬੂ ਕਰ ਲਿਆ ਗਿਆ ਪੰਜ ਲੜਕਿਆਂ ਤੇ ਇੱਕ ਲੜਕੀ ਨੂੰ ਕਾਬੂ ਕੀਤਾ ਗਿਆ ਔਰਤ ਨੇ ਬੰਗਾ ਪੁਲਿਸ ਕੋਲ ਲਗਾਈ ਰਿਪੋਰਟ ਤੋਂ ਦੱਸਿਆ ਕਿ ਹੋਲਾ ਮਹਲਾ ਦੇਖਣ ਲਈ ਸ਼੍ਰੀ ਅਨੰਦਪੁਰ ਸਾਹਿਬ ਆਈ ਸੀ ਤੇ ਇਨਾ ਪੰਜ ਲੜਕਿਆਂ ਨੇ ਉਸ ਨੂੰ ਬਹਿਲਾ ਫਸਲਾ ਕੇ ਗੱਡੀ ਵਿੱਚ ਬਿਠਾ ਲਿਆ ਤੇ ਉਹਨਾਂ ਨੇ ਉਸ ਦੇ ਨਾਲ ਜ਼ਬਰਦਸਤ ਨਾ ਕੀਤਾ ਭਗਵੰਤ ਮਾਨ ਦਾ ਡੰਡਾ ਲਾਉ ਜੀ ਹੈਲਥ ਮੈਕਮੇ ਵਾਲਿਆਂ ਲਈ ਵੀ ਜਾਰੀ ਕਰ ਦਿੱਤਾ 7 ਨੁਕਾਤੀ ਸਦਾਰਸ਼ੂ ਇਸ ਤੋਂ ਪਹਿਲਾਂ ਉਹਨਾਂ ਨੇ ਵੱਖ-ਵੱਖ ਵਿਭਾਗਾਂ ਨੂੰ ਸਮੇਂ ਸਿਰ ਹਾਜ਼ਰ ਹੋਣ ਲਈ ਯਕੀਨੀ ਬਣਾਉਣ ਲਈ ਸਫਾਈ ਦਾ ਪ੍ਰਬੰਧ ਕਰਨ ਲਈ ਹੁਕਮ ਜਾਰੀ ਕੀਤੇ ਨੇ ਹੁਣ ਉਹਨਾਂ ਨੇ ਜਿਹੜਾ ਕੀਤਾ ਜੀ ਸਮੇਂ ਦੀ پابੰਦੀ ਦਾ ਧਿਆਨ ਰੱਖਿਆ ਜਾਵੇ ਹਸਪਤਾਲ ਦੇ ਵਿੱਚ ਸਫਾਈ ਦਾ ਧਿਆਨ ਰੱਖਿਆ ਜਾਵੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਮੁਫਤ ਟੈਸਟ ਦਵਾਈਆਂ ਉਪਲਬਧ ਕਰਵਾਈਆਂ ਜਾਣ ਸਟਾਫ ਨੂੰ ਯੂਨੀਫਾਰਮ ਦੇ ਅਧਾਰਤ ਕੀਤੀ ਗਈ ਉਹ ਪੌਣੀ ਜ਼ਰੂਰੀ ਹੈ ਸਾਰੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਜਿੰਨਾ ਵੀ ਨਿਧਾਰਤ ਹੈ ਚਿੱਟਾ ਕੋਟ ਆਧ ਪਾਇਆ ਜਾਵੇ ਅਧਿਕਾਰੀ ਕਰਮਚਾਰੀਆਂ ਦੇ ਸਨਾਖਤੀ ਕਾਰਡ ਗਲਵਚ ਪਾਏ ਹੋਣ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਰੱਖੀ ਜਾਵੇ ਇਹਨਾਂ ਹਦਾਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਤੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਨੋਟ ਕਰਾਇਆ ਜਾਵੇ ਸੋ ਇਹ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਧੰਨ